अस्सलाम वालेकुम। वालेकुम अस्सलाम। क्या हाल है? ठीक ठाक। दसो तुसी इत्थे किदां तशरीफ ले आए हो? डॉक्टर साहब तशरीफ इधर आए कि मेरे नक चो नसीर होंदी है। थोड़े नक चो नसीर होंदी है, तुसी बिल्कुल सही जगह ते आए हो। आ मैं थानू छोटी जी पर्ची बना दिना, तुसी ये दवाई ले लैनी। तुसी ना एक उस तरह लेना है, उस तरह लेना है मुश्ताक दा। वो जो उस तरह है ना, वो तुसी दुए बंदे दे हाथे फड़ा देना है। अच्छा। ते ओनु तुसी कहना है कि उस तरह मेरे हथे रख ते मेरा नक ला दे। ओ क्यों ना साहब, ओ जदो तेरा नक ही नहीं राणा ते नसीर कितों आउणी? डॉक्टर साहब ए केड़ी गल कर रहे हो तुसी, मेरा नक ही लाओ। ओ बैठो जी बैठो, तुसी बैठ वाली गल ही नहीं तुसी कीती। तुसी मेरा नक ही लाउंदे वजो मैं तुहाडे कोल मरीज बन गया, तुसी मेरा नक ही लाओ। बाहर हो जा ना वे ता आ दवाई ले लंबी खाक गया कदी लोर तक ता नहीं? लोर तो देर है। चलो हुण मैं ना थानू एक पर्ची बना देना ते तुसी आ दवाई लै लैनी है। तो जी दवाई लैन थोड़ी मेहनत लगती वो थोड़ी अपनी आनी है। मैं थानू दवाई लिख देना, तुसी लेना है एक तोला सीमट, एक तोला बजरी, एक तोला लोहे का चूर, आ खराद दिया तो थानू मिल जाना है। तो एक तोला दुध, एक तोला माखी, ये सारिया चीज़ा मिक्स कर लेना है। ते नाल एक तोला रेत पा लैनी है असल दरिया दी। इन्हां जदों सारियां चीज़ां तुसी मिक्स कर लेना है ना, ते एक मलम जी बन जानी है। वो जिहड़ी मलम है ना, तुसी एक डब्बी च पा लैनी है ते तुसी मूँह अड्डना है। मूँह अड्डो और अड्डो, तेनू इदां मूँह च पा लेना। जदों थोड़े मूँह चले जाएगी ते थोड़े इत्थे एक लैंटर जिहा पै जाना। और जदों लैंटर पौसी ते अल्लाह दे हुक्म ना लाइफ टाइम गरंटी है, थानू लैंटर तोड़ के कभी खग नहीं होसी। और डॉक्टर साहब एक कोल समझी ने मोटर वेयर जिन दे ट्रक लगने ने लैंटर किदों दे पायो? ओ पै ओ पो हैं तू डॉक्टर के कौन है? ਮੈਨੂੰ ਤੂੰ ਮਿਸਤਰੀ ਦਾ ਪੋਤਾ ਲੱਗਦਾ। ਆ ਪਰਚੀ ਲੈ ਲੈ ਦਵਾਈ ਲੈ। ਆਪਣੀ ਪਰਚੀ ਰੱਖ ਬਾਹਰ ਰੱਖ ਕੇ ਆਣਾ ਵੇਦਾ। ਮੂੰਹ ਵਿੱਚ ਸਿਗਰਟ ਜਿਹੜਾ ਭਰੀ ਹੁੰਦੀ। ਉਹ ਜਾ ਕੰਮ ਕਰ ਮੁਰ ਜਾ ਕੇ। ਆਵੇ ਕਿ ਜਿਵੇਂ ਕਜਰਾ ਥੜਾ ਹੁੰਦਾ। ਤੂੰ ਡਾਕਟਰ ਆ ਬੈਠਾ ਇੱਥੇ। ਉਹ ਚੱਲ ਚੱਲ ਦੌੜ ਜਾ। ਡਾਕਟਰ ਦਫਾ ਹੋ। वालेकुम सलाम जी, की हाल है जी? बैठो जी बैठो। डॉक्टर साहब भाई की मसला है जी? डॉक्टर साहब मसला कुछ इदा है, मेरा एक गला लगी ओदा पिछो कोप निकलिया। कोप निकलिया ते ओदे ते टीवी रखो। अच्छा अच्छा थोड़ा बहु बना सुन डॉक्टर साहब, जितने भी डॉक्टर मुश्ताक हो जाओ। जिन्हें थानू दस्या ना मेरा नाम बिल्कुल सही दस्या ते तुसी बिल्कुल सही जगह ते आए हो। इंशाल्लाह तुहाडे कज़न का चंगा इलाज होसी।
ਅੱਛਾ ਜੀ ਆ ਮੈਂ ਤੁਹਾਨੂੰ ਪਰਚੀ ਬਣਾ ਦਿੰਦਾ ਅਤੇ ਤੁਸੀਂ ਸਾਰਾ ਸਮਾਨ ਲੈ ਲੈਣਾ ਠੀਕ ਹੈ ਆ ਮੈਂ ਪਰਚੀ ਬਣਾਉਣ ਲੱਗਾ ਤੁਸੀਂ ਨਾ 4 ਕਿੱਲੇ ਲੈ ਲੈਣੇ ਨੇ ਅਤੇ ਉਹਦੇ ਨਾਲ ਨਾ 4 ਰੱਸੇ ਲੈ ਲੈਣੇ ਨੇ ਅਤੇ ਇੱਕ ਨਾਲ ਨਾ ਪਿਸ਼ਾਵਰੀ ਵਸਲ ਲੈ ਲੈਣਾ ਉਹ ਜਿਹੜਾ ਵਸਲ ਹੈ ਨਾ ਉਹ ਤੁਸੀਂ ਮਰੀਜ਼ ਦੇ ਮੂੰਹ ਵਿੱਚ ਦੇ ਦੇਣਾ ਅਤੇ ਉੱਤੋਂ ਪੱਟੀ ਬੰਨ੍ਹ ਦੇਣੀ ਅਤੇ ਤੁਸੀਂ ਹਾਈਵੇ ਵੇਖਿਆ ਉਹ ਵੱਡਾ ਰੋਡ ਮੋਟਰਵੇ ਉਹਦੇ ਦਰਮਿਆਨ ਜਾ ਕੇ 4 ਕਿੱਲੇ ਗੱਡ ਦੇਣੇ ਠੋਕ ਦੇਣੇ ਨਾ ਅਤੇ ਉਹ ਜਿਹੜਾ ਰੱਸੇ ਹੈ ਨਾ 4 ਉਹ ਕਿੱਲਿਆਂ ਨਾਲ ਬੰਨ੍ਹ ਦੇਣੇ ਪੱਕੀ ਤਰ੍ਹਾਂ ਅਤੇ 2 ਰੱਸੇ ਮਰੀਜ਼ ਦੇ ਹੱਥ 'ਚ ਬੰਨ੍ਹ ਦੇਣੇ ਅਤੇ 2 ਰੱਸੇ ਮਰੀਜ਼ ਦੇ ਪੈਰਾਂ 'ਚ ਬੰਨ੍ਹ ਦੇਣੇ ਅਤੇ ਪੱਕੀ ਤਰ੍ਹਾਂ ਬੰਨ੍ਹ ਦੇਣਾ ਅਤੇ ਮਰੀਜ਼ ਨੂੰ ਮੋਟਰਵੇ 'ਤੇ ਪਲੇਨ ਲਟਾ ਦੇਣਾ ਸਿੱਧਾ ਅਤੇ ਜਦੋਂ ਬਿਸਮਿਲਾ ਕਰਦਾ ਆਇਆ ਤੇਰਾ ਟਰੈਕਾ ਸੀ ਅਤੇ ਤੁਹਾਡੇ ਮਰੀਜ਼ ਦੇ ਉੱਤੋਂ ਲੰਘ ਸੀ ਇਨਸ਼ਾਲਾ ਤੁਹਾਡੇ ਮਰੀਜ਼ ਦਾ ਕੁੱਬ ਬਿਲਕੁਲ ਸਿੱਧਾ ਜਾ ਸੀ ਪ੍ਰੈਸ ਹੋ ਜਾ ਸੀ ਪ੍ਰੈਸ ਉਹ ਬੈਠੋ ਜੀ ਬੈਠੋ ਬੰਦਾ ਮਰ ਜਾਣਾ ਉਹ ਬੈਠੋ ਜੀ ਬੈਠੋ ਮਰਨ ਜਿਉਣ ਰੱਬ ਦੇ ਵਾਸਤੇ 'ਚ ਤੁਹਾਡਾ ਮਰੀਜ਼ ਬਿਲਕੁਲ ਪ੍ਰੈਸ ਹੋ ਜਾ ਸੀ ਉਹ ਤੂੰ ਆ ਦਵਾਈ ਲੈ ਲੈ ਉਹ ਜਾ ਫਿਰ ਕੰਮ ਕਰ ਆਪਣਾ ਜਾ ਕੰਮ ਕਰ ਇਹਨਾਂ ਬੰਦਿਆਂ ਨੂੰ ਕੀ ਪਤਾ ਡਾਕਟਰ ਕੀ ਹੁੰਦਾ ਵਾਲੇਕੁਮ ਸਲਾਮ ਜੀ ਕੀ ਹਾਲ ਹੈ ਜੀ ਬੈਠੋ ਜੀ ਬੈਠੋ ਹੋਰ ਕੀ ਹਾਲ ਹੈ ਡਾਕਟਰ ਸਾਹਿਬ ਬਿਲਕੁਲ ਠੀਕ ਤੁਸੀਂ ਸੁਣਾਓ ਜੀ ਠੀਕ ਠਾਕ ਹੋਰ ਬਿਲਕੁਲ ਠੀਕ ਤੁਸੀਂ ਸੁਣਾਓ ਹੁਣ ਆਪਣਾ ਮਸਲਾ ਦੱਸੋ ਤੁਹਾਨੂੰ ਮਸਲਾ ਕੀ ਹੈ ਡਾਕਟਰ ਸਾਹਿਬ ਮਸਲਾ ਹੈ ਉਹ ਭਾਈ ਕੀ ਕਰਦੇ ਆ ਛੱਡ ਓਏ ਬਹੁਤ ਦਰਦ ਹੁੰਦੀ ਹੈ ਉਹ ਭਾਈ ਕੀ ਕਰਦੇ ਆ ਇੱਥੋਂ ਦਾ ਸਾਹ ਦਰਦ ਹਟਦੀ ਹੈ ਤੇ ਜਿਹੜੀ ਐ ਲੱਤ ਉਹ ਕੀ ਕਰਦੇ ਆ ਭਾਈ ਛੱਡ ਛੱਡ ਉਹ ਡਾਕਟਰ ਮੈਂ ਤੈਨੂੰ ਹਕੀਮ ਦੱਸਣਾ ਆ ਰਿਹਾ ਉਹ ਕਿਹੜੀ ਤੇਰੀ ਹਕੀਕਤ ਆ ਡਾਕਟਰ ਸਾਹਿਬ ਇੱਥੋਂ ਦਰਦ ਹਟਦੀ ਹੈ ਤੇ ਨਜ਼ਲਾ ਜ਼ੁਕਾਮ ਐ ਜਿਹੜਾ ਨੱਕ ਹੈ ਨਾ ਛੱਡ ਭਾਈ ਕੀ ਕਰਦੇ ਆ ਹਕੀਕਤ ਕਰਦਾ ਪਿਆ ਉਹ ਕਿਹੜੀ ਤੇਰੀ ਹਕੀਕਤ ਆ ਇੱਥੋਂ ਦਰਦ ਹਜੇ ਹਟਦਾ ਹੀ ਹੈ ਤੇ ਇਹ ਜਿਹੜੀ ਬਾਹ ਹੈ ਨਾ ਮੇਰੇ ਇੱਥੋਂ ਇੱਥੋਂ ਕਹੋ ਦਰਦ ਉਹ ਯਾਰ ਮੈਂ ਦਰਦ ਹੋਣ ਨਹੀਂ ਛੱਡਦੇ ਡਾਕਟਰ ਸਾਹਿਬ ਜਿਹੜੀ ਇੱਥੋਂ ਦਰਦ ਹਜੇ ਹਟਦੀ ਹੈ ਤੇ ਜਿਹੜਾ ਇਹ ਗੱਲ ਕਿਹੜੀ ਤੇਰੀ ਹਕੀਕਤ ਆ ਬੈ ਮੈਂ ਵੇਖ ਲਈ ਤੇਰੀ ਹਕੀਕਤ ਹੁਣ ਮੈਂ ਤੈਨੂੰ ਪਰਚੀ ਬਣਾ ਦਿੰਦਾ ਤੇ ਇਨਸ਼ਾਲਾ ਤੈਨੂੰ ਜਿਹੜੇ ਹੀ ਮਸਲੇ ਨਾ ਠੀਕ ਹੋ ਜਾ ਸੈਨ ਫੋਨ ਆ ਗਿਆ ਤੁਸੀਂ ਫੋਨ ਸੁਣੋ ਮੈਂ ਤੁਹਾਨੂੰ ਪਰਚੀ ਬਣਾ ਦਿੰਦਾ ਹੈਲੋ ਅਸਲਾਮ ਵਾਲੇਕੁਮ ਹਾਂਜੀ ਐਸ ਐਚ ਓ ਸਾਹਿਬ ਹਾਂਜੀ ਹਾਂਜੀ ਠੀਕ ਆ ਤੁਸੀਂ ਸੁਣਾਓ ਮੈਂ ਡਾਕਟਰ ਸਾਹਿਬ ਦੇ ਕਲੀਨਿਕ 'ਤੇ ਬੈਠਾ ਹਾਂਜੀ ਡਾਕਟਰ ਸਾਹਿਬ ਦਾ ਨਾਮ ਡਾਕਟਰ ਸਾਹਿਬ ਦਾ ਨਾਮ ਕੀ ਹੈ ਮੇਰਾ ਨਾਮ ਤੇਰਾ ਨਾਮ ਔਰ ਮੇਰਾ ਨਾਮ ਤੁਸੀਂ ਮੇਰਾ ਨਾਮ ਪੁੱਛ ਕੇ ਕੀ ਕਰਨਾ ਚਿਮਟਾ ਰੱਖਿਆ ਡਾਕਟਰੀਆਂ ਆਉਂਦੀਆਂ ਇੱਥੇ Thank you.
ਅਸਲਾਮੁਅਲੈਕੁਮ ਡਾਕਟਰ ਸਾਹਿਬ। ਵਾਲੇਕੁਮ ਸਲਾਮ। ਕੀ ਹਾਲ ਹੈ? ਠੀਕ ਠਾਕ, ਤੁਸੀਂ ਸੁਣਾਓ? ਅੱਲਾ ਸ਼ੁਕਰ। ਹੋਰ ਸੁਣਾਓ, ਨਵੀਂ ਤਾਂ? ਬਸ ਤੁਸੀਂ ਸੁਣਾਓ, ਕੀ ਗੱਲ ਹੈ ਤੁਹਾਨੂੰ? ਡਾਕਟਰ ਸਾਹਿਬ, ਮਸਲਾ ਕੁਝ ਹੈ ਕਿ ਪਰ ਥੋੜਾ ਮੋਟਾ ਮਸਲਾ ਹੈ। ਦੱਸੋ ਕੀ ਗੱਲ? ਡਾਕਟਰ ਸਾਹਿਬ, ਝੂਠ ਬੋਲਦਾ ਜਾਂ ਮੈਂ ਕਹਾਂ ਕਿ ਦਵਾਈ ਨਾਲ ਤੋਂ ਬਿਮਾਰੀ ਲੱਗ ਗਈ। ਅੱਛਾ, ਕੋਈ ਕਿੱਸਾ ਕਰਨਾ, ਕੋਈ ਦਵਾਈ ਦੇ ਦਿਓ। ਤੂੰ ਟੈਨਸ਼ਨ ਨਾ ਲੈ, ਤੂੰ ਠੀਕ ਹੋ ਜਾਏਗਾ। ਅੱਜ ਤੈਨੂੰ ਮੈਂ ਦੋ ਕੈਪਸੂਲ ਲਿਖ ਦਿੰਦਾ, ਇਹ ਤੂੰ ਖਾਣੇ ਆ, ਅਤੇ ਇਹਦੇ ਨਾਲ ਨਾ ਥੋੜ੍ਹਾ ਜਿਹਾ ਹਲਾਲ ਖਾਣਾ। ਇਹ ਤੈਨੂੰ ਮੈਂ ਕੈਪਸੂਲ ਦਿੱਤੇ ਆ ਨਾ, ਇਹਦੇ ਨਾਲ ਨਾ ਥੋੜ੍ਹਾ ਜਿੰਨਾ ਬਹੁਤਾ ਨਹੀਂ, ਥੋੜ੍ਹਾ ਜਿੰਨਾ ਹਲਾਲ ਖਾਣਾ। ਨਾ ਅੱਗੇ ਡਾਕਟਰ ਸਾਹਿਬ ਮੈਂ ਹਰਾਮ ਖਾਣਾ ਅਤੇ ਹੋਰ ਕੀ ਆ, ਹੋਰ ਕੀ ਹੈ, ਹਰਾਮ ਦੀਆਂ ਹੀ ਨਿਸ਼ਾਨੀਆਂ। ਨਹੀਂ ਤੁਹਾਨੂੰ ਬੋਲਾ ਪਤਾ, ਮੈਂ ਹਲਾਲ ਖਾਣਾ, ਹਰਾਮ ਖਾਣਾ, ਤੁਹਾਡੇ ਕੋਲ ਦਵਾਈ ਲੈਣਾ ਆ, ਕੋਈ ਮੈਨੂੰ ਦਵਾਈ ਲੈ ਕੇ ਤੁਸੀਂ ਆਪ ਕਰਦੀਆਂ ਸੁਣਾਓਗੇ। ਆ ਡੱਡੂ ਵਾਂਗੂ ਐਵੇਂ ਬੋਲੀ ਜਾਂਦਾ, ਹੈਰਾਨ ਕਰਨਾ ਕਦੇ ਬੋਲਦਾ। ਅਤੇ ਡਾਕਟਰ ਸਾਹਿਬ ਤੁਸੀਂ ਡਾਕਟਰੀ ਕਰੋ, ਤੁਸੀਂ ਮੈਨੂੰ ਵਰਤੀਆਂ ਜੁੱਤਾਂ ਮਾਰਨਗੇ। ਉਦੋਂ ਨਹੀਂ ਦਵਾਈ ਲੈਣੀ, ਚੱਲ ਚੱਲ ਜਾ। ਡਾਕਟਰ ਸਾਹਿਬ ਮਰਜ਼ੀ ਆਊਂਗਾ, ਮੈਂ ਤੁਹਾਨੂੰ ਦਵਾਈ ਲੈ ਕੇ ਗਿਆ, ਤੁਸੀਂ ਮੈਨੂੰ ਆਪਣਾ ਡੱਡੂ ਡੱਡੂ ਸੁਣਾਉਂਦੇ। ਓਏ ਤੂੰ ਕੌਣ ਆ? ਉਹ ਤੂੰ ਇੱਥੇ ਕਰ ਰਹੇ ਆ, ਤੂੰ ਕੌਣ ਆ? ਇਹਨੇ ਮੇਰਾ ਵਾ, ਤੂੰ ਇੱਥੇ ਮੱਲ ਮਾਰ ਕੇ ਬਹਿ ਗਏ ਆ। ਚੱਲ ਭੱਜ ਆ, ਤੁਸੀਂ ਦੋਵੇਂ ਡਾਕਟਰ ਆ? ਹੋਰ ਨਹੀਂ,